ਦੇਸ਼ ਵਿੱਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਾ ਹੈ। ਪੰਜਾਬ ਦੇ ਖੰਨਾ ਵਿੱਚੋਂ ਦੋ ਵਿਅਕਤੀਆਂ ਤੋਂ ਵੱਖ ਵੱਖ ਲੱਖਾਂ ਰੁਪਏ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀਆਂ ਤੋਂ 49,80,000 ਅਤੇ 12,50,000 ਰੁਪਏ ਦੀ ਯਾਨੀ ਕਿ ਕੁੱਲ 62,30,000 ਰੁਪਏ ਬਰਾਮਦ ਕੀਤੇ ਹਨ। ਇਸ ਮੌਕੇ 'ਤੇ ਇਹ ਵਿਅਕਤੀ ਰਕਮ ਸੰਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕੇ। ਇਸ ਮੌਕੇ 'ਤੇ SSP ਧਰੁਵ ਦਹੀਆ ਨੇ ਜਾਣਕਾਰੀ ਦਿੰਦਿਆਂ ਕਿਹਾ, ਤਕਰੀਬਨ ਟੋਟਲ 62 ਲੱਖ ਰੁਪਏ ਦਾ ਜਿਹੜਾ ਹਵਾਲਾ ਕੈਸ਼ ਹੈ ਉਹ ਫੜਿਆ ਗਿਆ। ਤਾਂ ਪਹਿਲੇ ਕੇਸ ਵਿੱਚ ਤਕਰੀਬਨ 49,80,000 ਰੁਪਏ ਜਿਹੜੇ ਹੈ ਉਹ ਹਵਾਲਾ ਕੈਸ਼ ਪੁਲਿਸ ਵੱਲੋਂ ਫੜਿਆ ਗਿਆ। ਇਹ ਆਪਣੇ ASI ਸੁਖਵੀਰ ਸਿੰਘ ਦੀ ਜਿਹੜੀ ਨਾਕਾ ਪਾਰਟੀ ਸੀ, ਉਹਨਾਂ ਨੇ GT ਰੋਡ ਪ੍ਰਿਸਟੀਨ ਮਾਲ ਦੇ ਸਾਹਮਣੇ ਨਾਕਾ ਲਾਇਆ ਹੋਇਆ ਸੀ। ਅਤੇ ਨਾਕੇ 'ਤੇ ਇੱਕ I-20 ਗੱਡੀ, ਜਿਸ ਦਾ ਹਰਿਆਣਾ ਦਾ ਇੱਕ ਨੰਬਰ ਸੀ, ਉਸ ਗੱਡੀ 'ਚ ਦੋ ਬੰਦੇ ਸਵਾਰ ਸੀਗੇ। ਅਤੇ ਉਹ ਬੰਦੇ ਜਿਹੜੇ ਹੈਗੇ ਇਸ ਵੇਲੇ ਦਿੱਲੀ ਦੇ ਰਹਿਣ ਵਾਲੇ ਨੇ। ਅਤੇ ਮਾਨਸਰੋਵਰ ਗਾਰਡਨ ਇੱਕ ਏਰੀਆ ਪੈਂਦਾ, ਉੱਥੋਂ ਦਿੱਲੀ ਤੋਂ ਇਹ ਲੁਧਿਆਣਾ ਕੈਸ਼ ਲੈ ਕੇ ਜਾਂਦੇ। ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਲੁਧਿਆਣੇ ਦਾ ਡੈਸਟੀਨੇਸ਼ਨ ਸੀਗੀ, ਔਰ ਇਹਨਾਂ ਦੀ ਗੱਡੀ ਦੀ ਡਿੱਕੀ ਤੋਂ ਇਹ ਸਾਰਾ ਅਨਅਕਾਊਂਟਡ ਕੈਸ਼ ਮਿਲਿਆ, ਜਿਸ ਦੀ ਕੋਈ ਲੀਗਲ ਆਥੋਰਾਈਜੇਸ਼ਨ, ਪਰਮਿਸ਼ਨ ਜਾਂ ਡਾਕੂਮੈਂਟੇਸ਼ਨ ਕੋਈ ਨਹੀਂ ਹੈ। ਤਾਂ ਇਸ ਸੰਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ ਔਰ ਇਨਕਮ ਟੈਕਸ ਡਿਪਾਰਟਮੈਂਟ ਨੂੰ ਪੁਲਿਸ ਆਲਰੇਡੀ ਇਨਫੋਰਮ ਕਰ ਚੁੱਕੀ ਹੈ, ਔਰ ਜੋ ਵੀ ਮਤਲਬ ਕਿ ਲੀਗਲ ਪ੍ਰੋਸੀਜਰਸ ਹੈ ਸਾਰੇ ਪੁਲਿਸ ਅਮਲ ਵਿੱਚ ਲਾ ਚੁੱਕੀ ਹੈ। ਇਲੈਕਸ਼ਨ ਦੇ ਵਿੱਚ ਵਰਤਣਾ ਕੈਸ਼ ਕਿੱਦਾਂ? ਅਸੀਂ ਕੋਈ ਵੀ ਐਂਗਲ 'ਚ ਰੂਲ ਆਊਟ ਨਹੀਂ ਕਰ ਸਕਦੇ। ਉਹ ਜਿਵੇਂ ਮੈਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਇਨਕਮ ਟੈਕਸ ਨੂੰ ਇਨਫੋਰਮ ਕਰਦਾ ਹੈ, ਉਹ ਇਸ ਸਾਰੇ ਚੀਜ਼ ਦੀ ਥਰਲੀ ਇਨਵੈਸਟੀਗੇਸ਼ਨ ਕਰੂਗੀ, ਔਰ ਪੁਲਿਸ ਨੇ ਇਸ ਸੰਬੰਧੀ ਆਪਣੇ ਸਦਰ ਥਾਣੇ ਦੇ ਵਿੱਚ ਰੋਜ਼ ਨਮਚੇ ਦੀ ਰਿਪੋਰਟ ਪਾਤੀ ਹੈ, ਔਰ ਕੰਸਰਨ ਡਿਪਾਰਟਮੈਂਟਸ ਨੂੰ ਇਨਫੋਰਮ ਕਰਦਾ ਹੈ। ਇਹ ਇਹਨਾਂ ਤੋਂ 49,80,000 ਹੋਇਆ, ਔਰ ਇਸ ਤੋਂ ਇਲਾਵਾ ਅੱਜ ਹੀ ਇਹਨਾਂ ਦੀ ਆਪਣੇ ਨਾਰਕੋਟਿਕ ਦੀ ਟੀਮ ਨੇ ਇੱਕ ਔਰ ਵੀ ਗੱਡੀ ਰੋਕੀ ਸੀਗੀ, ਉਸ ਗੱਡੀ ਤੋਂ ਵੀ 12.5 ਲੱਖ ਰੁਪਏ ਕੈਸ਼ ਬਰਾਮਦ ਹੋਇਆ ਹੈ। ਇਹ ਆਪਣਾ ਉੱਤਰ ਪ੍ਰਦੇਸ਼ 'ਚ ਬਾਗਪਤ ਜ਼ਿਲ੍ਹਾ ਪੈਂਦਾ, ਅਤੇ ਬਾਗਪਤ UP ਤੋਂ ਇਹ ਜਿਹੜਾ ਹੈਗਾ ਟੂਵਰਡਸ ਲੁਧਿਆਣਾ ਇਹਨਾਂ ਨੇ ਜਾਣਾ ਸੀ ਕੈਸ਼ ਨੂੰ ਸਪਲਾਈ ਕਰਨ। 12.5 ਲੱਖ ਰੁਪਏ ਬਰਾਮਦ ਹੋਏ ਹੈ, 3 ਬੰਦੇ ਸੀਗੇ। ਅਤੇ ਇਹਦੇ ਵਿੱਚ ਵੀ ਮਤਲਬ ਕਿ ਪੁਲਿਸ IT ਡਿਪਾਰਟਮੈਂਟ ਨੂੰ ਔਰ ਇਨਫੋਰਸਮੈਂਟ ਡਾਇਰੈਕਟਰ ਨੂੰ ਇਨਫੋਰਮ ਕਰ ਚੁੱਕੀ ਹੈ। ਸਰ, ਇਹ ਕੋਈ ਬਿਜ਼ਨਸਮੈਨ ਹੈ ਜਾਂ ਹਵਾਲਾ ਰਾਸ਼ੀ ਦਾ ਟ੍ਰਾਂਸਫਰ ਦਾ ਕੰਮ ਕਰਦਾ? ਸਾਡਾ ਜੀ ਅੰਡਰਸਟੈਂਡਿੰਗ ਹੈ ਕਿ ਦੋਨੋਂ ਕੇਸਿਸ ਹਵਾਲਾ ਪੈਸੇ ਦੇ ਹੈ। ਹਵਾਲਾ ਆਪਾਂ ਕਹਿ ਸਕਦੇ ਹਾਂ ਜਿਹੜਾ ਪੈਸਾ ਗਵਰਨਮੈਂਟ ਨੂੰ ਇੰਟੀਮੇਟ ਨਹੀਂ ਕੀਤਾ ਜਾਂਦਾ ਉਹ ਹਵਾਲਾ ਹੁੰਦਾ ਹੈ, ਅਤੇ ਅਸੀਂ ਇਸ ਨੂੰ ਹਵਾਲਾ ਕੈਸ਼ ਦੋਨੋਂ ਕੇਸਾਂ ਨੂੰ ਕਹਿ ਸਕਦੇ ਹਾਂ। ਪਹਿਲੇ ਕੇਸ ਵਿੱਚ ਤਕਰੀਬਨ 50 ਲੱਖ ਦੀ ਰਿਕਵਰੀ ਕੀਤੀ ਗਈ ਹੈ, ਦੂਜੇ ਕੇਸ ਵਿੱਚ ਤਕਰੀਬਨ 12.5 ਲੱਖ ਦੀ। ਅਪਰੋਕਸੀਮੇਟਲੀ ਤੁਸੀਂ ਕਹਿ ਸਕਦੇ ਹੋ ਕਿ ਅਪਰੋਕਸੀਮੇਟਲੀ 62.5 ਲੱਖ ਰੁਪਏ ਦੀ ਹਵਾਲਾ ਕੈਸ਼ ਦੀ ਰਿਕਵਰੀ ਦੋ ਵੱਖਰੇ ਕੇਸਾਂ ਵਿੱਚ ਕੀਤੀ ਗਈ ਹੈ।